ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਜੀ ਆਇਆਂ ਪ੍ਰੋਗਰਾਮ ਇਸ ਪ੍ਰੋਗਰਾਮ ਵਿੱਚ ਆਪਾਂ ਗੱਲ ਕਰਦੇ ਹਾਂ ਸਿੱਖ ਰਿਲੀਫ ਦੀ ਉਹਨਾਂ ਵੱਲੋਂ ਜੋ ਜੋ ਕੰਮ ਕੀਤੇ ਗਏ ਨੇ ਜੋ ਜੋ ਅਪਡੇਟਸ ਦਿੱਤੀਆਂ ਜਾਣਗੀਆਂ ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਇਸ ਪ੍ਰੋਗਰਾਮ ਵਿੱਚ ਖਾਸ ਕਰਕੇ ਆਪਣੇ ਨਾਲ ਹੁੰਦੇ ਨੇ ਭਾਈ ਬਲਬੀਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਬੈਠੇ ਨੇ ਨਛੱਤਰ ਸਿੰਘ ਜੀ ਅਤੇ ਇਹ ਆਪਾਂ ਨੂੰ ਦੱਸਣਗੇ ਕਿ ਪਿਛਲੇ ਸਮੇਂ ਦੇ ਵਿੱਚ ਸਿੱਖ ਰਿਲੀਫ ਵੱਲੋਂ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਤੁਹਾਡੇ ਵੱਲੋਂ ਦਿੱਤੀ ਗਈ ਸੇਵਾ ਕਿਸ ਲੇਖੇ ਲੱਗੀ ਹੈ ਉਹਨਾਂ ਨਾਲ ਕੀ ਕਿਸ ਕਿਸ ਪ੍ਰਕਾਰ ਦੇ ਯੋਗਦਾਨ ਪਏ ਨੇ ਆਓ ਆਪਾਂ ਇਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਲਬੀਰ ਸਿੰਘ ਜੀ ਇਸ ਵਾਰ ਆਪਾਂ ਅਪਡੇਟ ਤੋਂ ਸ਼ੁਰੂ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਕਿ ਅਪਡੇਟ ਕੀ ਰਹੀ ਪਿਛਲੇ ਕੁਝ ਸਮੇਂ ਦੀ ਹਾਂਜੀ ਜਿਵੇਂ ਆਪਾਂ ਹਰ ਹਫ਼ਤੇ ਅਕਾਲ ਚੈਨਲ 'ਤੇ ਜੋ ਸਾਡੇ ਬੰਦੀ ਸਿੰਘਾਂ ਦੀ ਪੈਰਵਾਈ ਆ ਉਹਦੇ ਬਾਬਤ ਕਿਹੜੇ ਸਿੰਘਾਂ ਦੇ ਕੇਸ ਚੱਲ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਉਹ ਤੋਂ ਇਲਾਵਾ ਜੋ ਵੀ ਸਿੱਖ ਲਈ ਦੇ ਹੋਰ ਜੋ ਪ੍ਰੋਜੈਕਟ ਹੁੰਦੇ ਆ ਉਹ ਸੰਗਤਾਂ ਦੇ ਰੂਬਰੂ ਹੋਈਦਾ ਆ ਤਾਂ ਜੋ ਸੰਗਤਾਂ ਨੂੰ ਪਤਾ ਚੱਲ ਸਕੇ ਵੀ ਉਹਨਾਂ ਦੀ ਜੋ ਮਾਇਆ ਹੈ ਜੋ ਉਹਨਾਂ ਦੀ ਸੇਵਾ ਹੈ ਦਾ ਸੰਬੰਧ ਆ ਉਹ ਕਿੱਥੇ ਜਾ ਰਿਹਾ ਇਹਦਾ ਮਕਸਦ ਸਾਡਾ ਮਕਸਦ ਦਾ ਇਹੀ ਹੁੰਦਾ ਵੀ ਸੰਗਤਾਂ ਨੂੰ ਹਰ ਚੀਜ਼ ਦੀ ਅਪਡੇਟ ਜਿਹੜੀ ਆ ਅਕਾਊਂਟੇਬਿਲਿਟੀ ਆ ਪਾਰਦਰਸ਼ੀ ਨੂੰ ਆਪਾਂ ਕਹਿ ਦਿੰਦੇ ਪੰਜਾਬੀ 'ਚ ਉਹ ਦੱਸੀ ਜਾਵੇ ਸੋ ਜਿਵੇਂ ਆਪਾਂ ਹਰ ਹਫ਼ਤੇ ਸੰਗਤ ਜੀ ਆਪਦੇ ਸਾਹਮਣੇ ਲਿਆਉਂਦੇ ਹਾਂ ਵੀ ਜਿਹੜੇ ਵੀ ਸਿੰਘ ਸਾਡੇ ਜੇਲ੍ਹਾਂ 'ਚ ਬੰਦੀ ਬੈਠੇ ਨੇ ਉਹਨਾਂ ਦੀਆਂ ਕੋਰਟ ਕਚਹਿਰੀਆਂ ਦੇ ਵਿੱਚ ਜਾਂ ਉਹਨਾਂ ਦੀ ਜੇਲ੍ਹਾਂ ਦੇ ਅੰਦਰ ਜਿਹੜੀ ਉਹਨਾਂ ਦੀ ਲੋੜਾਂ ਨੇ ਪਰਿਵਾਰਾਂ ਦੀਆਂ ਲੋੜਾਂ ਨੇ ਸੋ ਇਸ ਹਫ਼ਤੇ ਭਾਈ ਲਾਲ ਸਿੰਘ ਜੋ 1992 ਤੋਂ ਨਜ਼ਰਬੰਦ ਹਨ ਜੇਲ੍ਹ ਦੇ ਵਿੱਚ ਔਰ ਉਹਨਾਂ ਦਾ ਗੁਜਰਾਤ ਗੌਰਮੈਂਟ ਨੇ ਜੋ ਕੇਸ ਪਾਇਆ ਸੀ ਉਹ ਅੱਜ ਕੱਲ੍ਹ ਨਾਭਾ ਜੇਲ੍ਹ 'ਚ ਨਜ਼ਰਬੰਦ ਨੇ ਅਤੇ ਪਿਛਲੇ ਦਿਨੀ ਉਹ 42 ਦਿਨ ਦੀ ਪਰੋਲ 'ਤੇ ਆਏ ਸਨ ਅਤੇ 42 ਦਿਨ ਹੁਣ ਉਹਨਾਂ ਦੇ ਜਿਹੜੇ ਹੈਗੇ ਪੂਰੇ ਹੋ ਗਏ ਸੀਗੇ ਅਤੇ ਹੁਣ ਵਾਪਸ ਉਹ ਨਾਭਾ ਜੇਲ੍ਹ ਦੇ ਵਿੱਚ ਦੁਬਾਰਾ ਚਲੇ ਗਏ ਨੇ ਜੀ ਸੋ ਇਹਦੇ ਦਰਮਿਆਨ ਉਹਨਾਂ ਦੇ ਪਰਿਵਾਰ ਦੀ ਜੋ ਉਹਨਾਂ ਦੀ ਇੱਕ ਬੱਚੀ ਆ ਅਤੇ ਉਹਨਾਂ ਦੀ ਬੱਚੀ ਦੀ ਸਾਰੀ ਪੜ੍ਹਾਈ ਲਿਖਾਈ ਜੋ ਆ ਉਹ ਸਿੱਖ ਲਈ ਵੱਲੋਂ ਸੰਗਤਾਂ ਵੱਲੋਂ ਜੋ ਸੇਵਾ ਕੀਤੀ ਜਾਂਦੀ ਆ ਉਹ ਕੀਤੀ ਜਾਂਦੀ ਆ ਲੇਕਿਨ ਭਾਈ ਸਾਹਿਬ ਨੂੰ ਮੇਰੇ ਖਿਆਲ 22-23 ਸਾਲ ਹੋ ਗਏ ਨੇ ਜੀ ਅਤੇ ਲੇਕਿਨ ਇੰਨਾ ਲੰਮਾ ਸਮਾਂ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਪੱਕੀ ਰਿਹਾਈ ਨਹੀਂ ਹੋ ਰਹੀ ਅਸੀਂ ਉਹਨਾਂ ਦੀ ਰਿਹਾਈ ਲਈ ਇੱਥੇ ਤੱਕ ਸੁਪਰੀਮ ਕੋਰਟ ਤੱਕ ਉਹਨਾਂ ਦੀ ਜਿਹੜੀ ਪਟੀਸ਼ਨ ਪਾਈ ਹੋਈ ਆ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਗੌਰਮੈਂਟ ਨੇ ਸਿਰਫ ਇਹੀ ਫੈਸਲਾ ਕਰਕੇ ਦੇ ਦਿੱਤਾ ਵੀ ਜਿਹੜੀ ਇਹ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਵੀ ਜਿਹੜੀ ਰਿਹਾਈ ਦਾ ਮਾਮਲਾ ਆ ਉਹ ਸਿਰਫ ਅਤੇ ਸਿਰਫ ਹੋਮ ਮਿਨਿਸਟਰੀ ਜਿਹੜੀ ਉਹ ਕਰ ਸਕਦੀ ਆ ਪਰ ਹੋਮ ਮਿਨਿਸਟਰੀ ਕੋਈ ਕਦਮ ਇਹੋ ਜਿਹਾ ਚੱਕ ਨਹੀਂ ਰਹੀ ਜਿਹਨਾਂ ਨਾਲ ਜਿਹੜੀ ਬੰਦੀਆਂ ਦੀ ਜਿਹੜੀ ਪੱਕੀ ਰਿਹਾਈ ਜਿਹੜੀ ਹੈਗੀ ਆ ਹੋ ਸਕੇ ਸੋ ਭਾਈ ਲਾਲ ਸਿੰਘ ਜੀ ਉਹਨਾਂ ਸਿੰਘਾਂ ਦੇ ਵਿੱਚੋਂ ਹਨ ਇਸੇ ਤਰ੍ਹਾਂ ਭਾਈ ਆਨੰਦ ਸਿੰਘ ਜੋ ਇੱਕ ਆਮ ਕਤਲ ਕੇਸ ਦੇ ਵਿੱਚ ਨਜ਼ਰਬੰਦ ਸਨ ਬੜੈਲ ਜੇਲ੍ਹ ਦੇ ਵਿੱਚ ਲੇਕਿਨ ਜਦੋਂ 2004 ਦੇ ਵਿੱਚ ਜੇਲ੍ਹ ਬ੍ਰੇਕ ਹੋਈ ਆ ਜਦੋਂ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਸਾਥੀ ਉੱਥੋਂ ਜੇਲ੍ਹ ਬ੍ਰੇਕ ਕਰਕੇ ਬਾਹਰ ਗਏ ਨੇ ਅਤੇ ਇਹਨਾਂ ਕਈ ਸਿੰਘਾਂ ਨੂੰ ਉਹਨਾਂ ਦੇ ਵਿੱਚ ਉਹਨਾਂ ਨੇ ਅਟੈਚ ਕਰ ਦਿੱਤਾ ਜੀ ਅਤੇ ਉਹਨਾਂ ਵਿੱਚੋਂ ਇੱਕ ਉਹ ਆਨੰਦ ਸਿੰਘ ਵੀ ਹੈ ਜਿਹਨੂੰ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈਗਾ ਅਤੇ ਉਹਦੇ ਵਜਬ ਦੀ ਗੱਲ ਇਹ ਆ ਵੀ ਇਹ ਇਸ ਭਾਈ ਆਨੰਦ ਸਿੰਘ ਦੀ ਇੱਕ ਭਾਈ ਸੁਬੇਗ ਸਿੰਘ ਹਨ ਜੋ ਇਹਨਾਂ ਨਾਲ ਅਟੈਚ ਹੈਗਨ ਇਹਨਾਂ ਨਾਲ ਕੋਈ ਮਰਡਰ ਹੋਇਆ ਸੀਗਾ ਹਾਈ ਕੋਰਟ ਨੇ ਆਰਡਰ ਵੀ ਕਰ ਦਿੱਤੇ ਹਨ ਜੀ ਪੰਜਾਬ ਗੌਰਮੈਂਟ ਨੂੰ ਵੀ ਇਹਨਾਂ ਨੂੰ ਛੱਡਿਆ ਜਾਵੇ ਲੇਕਿਨ ਪਿਛਲੇ ਸਾਲ ਤੋਂ ਆਰਡਰ ਵੀ ਹਾਈ ਕੋਰਟ ਦੇ ਆਉਣ ਦੇ ਬਾਵਜੂਦ ਵੀ ਪੰਜਾਬ ਗੌਰਮੈਂਟ ਇਹਨਾਂ ਦੀ ਰਿਹਾਈ ਨਹੀਂ ਕਰ ਰਹੀ ਉਹਦਾ ਕਾਰਨ ਕੀ ਬਣਦਾ ਕਾਰਨ ਅਸੀਂ ਵੀ ਉਹਨਾਂ ਨੂੰ ਪੁੱਛ ਰਹੇ ਹਾਂ ਵੀ ਜਦ ਹੁਕਮ ਆ ਚੁੱਕੇ ਨੇ ਤੁਸੀਂ ਕਹਿੰਦੇ ਅਦਾਲਤਾਂ ਕੋਈ ਫੈਸਲਾ ਕਰਨ ਅਦਾਲਤ ਨੇ ਫੈਸਲਾ ਦੇ ਦਿੱਤਾ ਆ ਵੀ ਇਹਦੀ ਜਿਹੜੀ ਰਿਹਾਈ ਬਣਦੀ ਆ ਇਹਦੀ ਸਜ਼ਾ ਪੂਰੀ ਹੋ ਚੁੱਕੀ ਆ ਔਰ ਇਹਨੂੰ ਤੁਰੰਤ ਰਿਹਾਅ ਕੀਤਾ ਜਾਵੇ ਇਹਦੇ ਉੱਤੇ ਕੀ ਕਾਰਵਾਈ ਕੀਤੀ ਜਾ ਸਕਦੀ ਇਹਦੇ ਵਿੱਚ ਹੁਣ ਇਹ ਕਾਰਵਾਈ ਇਹੀ ਆ ਵੀ ਦੁਬਾਰਾ ਗੌਰਮੈਂਟ ਨੂੰ ਅਸੀਂ ਇੱਕ ਹੁਣ ਪਿਛਲੇ ਦਿਨੀ ਪਿਛਲੇ ਹਫ਼ਤੇ ਵੀ ਸਾਡੀ ਟੀਮ ਨੇ ਪੰਜਾਬ ਗੌਰਮੈਂਟ ਨੂੰ ਰਿਮਾਈਂਡਰ ਫਿਰ ਭੇਜਿਆ ਹੈਗਾ ਅਤੇ ਇਹ ਪਿਛਲੇ ਹਫ਼ਤੇ ਦੀ ਗੱਲ ਹੀ ਆ ਵੀ ਇਹਨਾਂ ਦੀ ਰਿਹਾਈ ਜਿਹੜੀ ਆ ਕਿਉਂ ਰੁਕੀ ਹੋਈ ਆ ਜਦਕਿ ਹਾਈ ਕੋਰਟ ਦੇ ਆਰਡਰ ਨੇ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਦੇ ਆਰਡਰ ਨੇ ਵੀ ਇਹਨਾਂ ਦੀ ਰਿਹਾਈ ਜਿਹੜੀ ਆ ਪੰਜਾਬ ਗੌਰਮੈਂਟ ਕਰ ਸਕਦੀ ਆ ਇਹਨੂੰ ਕੋਈ ਰੁਕਾਵਟ ਨਹੀਂ ਸੈਂਟਰਲ ਗੌਰਮੈਂਟ ਤੋਂ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਸੋ ਜਿਹੜੀ ਰਿਹਾਈ ਪੰਜਾਬ ਗੌਰਮੈਂਟ ਵੀ ਕਰ ਸਕਦੀ ਆ ਉਹ ਵੀ ਨਹੀਂ ਕਰ ਰਹੀ ਸੋ ਅਸੀਂ ਰਿਮਾਈਂਡਰ ਪਿਛਲੇ ਹਫ਼ਤੇ ਵੀ ਸਾਡਾ ਡੈਲੀਗੇਟ ਗਿਆ ਸੀਗਾ ਤੇ ਜੀ ਮਾਫ ਕਰਨਾ ਮੈਂ ਰੋਕ ਰਿਹਾ ਤੁਹਾਨੂੰ ਵਿੱਚ ਇਹ ਤੁਹਾਨੂੰ ਕੀ ਲੱਗਦਾ ਇੰਟੈਂਸ਼ਨਲੀ ਆ ਜਾਂ ਅਣਗਹਿਲੀ ਦਾ ਅਣਗਹਿਲੀ ਕਰਕੇ ਅਣਗਹਿਲੀ ਤਾਂ ਨਹੀਂ ਕਹੀ ਜਾ ਸਕਦੀ ਅਣਗਹਿਲੀ ਤਾਂ ਦੇਖੋ ਇੱਕ ਹੁੰਦੀ ਆ ਵੀ
ਜਿਹੜੇ ਕਿ ਉਹਨਾਂ ਦਾ ਉਹਨਾਂ ਧਿਆਨ ਹੈ ਨਹੀਂ ਧਿਆਨ ਉਹਨਾਂ ਦਾ ਉਹਨਾਂ ਦੇ ਧਿਆਨ 'ਚ ਸਾਰੀਆਂ ਗੱਲਾਂ ਨੇ ਕਿਉਂਕਿ ਅਸੀਂ ਲਿਆਉਂਦੇ ਹਾਂ ਉਹਨਾਂ ਦੀਆਂ ਧਿਆਨ ਦੇ ਵਿੱਚ ਗੱਲਾਂ ਅਤੇ ਕੌਮ ਵੀ ਲਿਆ ਰਹੀ ਹੈ ਉਹਨਾਂ ਨੂੰ ਪਤਾ ਇਹ ਮਾਮਲਾ ਹੈ ਲੇਕਿਨ ਕੋਈ ਪੋਲੀਟੀਕਲ ਰੀਜ਼ਨ ਕਰਕੇ ਜਾਂ ਕੀ ਉਹਨਾਂ ਦਾ ਸਿਆਸੀ ਉਹਦੇ ਵਿੱਚ ਫਾਇਦਾ ਜਾਂ ਨੁਕਸਾਨ ਹੈ ਉਹਨੂੰ ਕਈ ਵਾਰੀ ਉਹ ਮੁੱਦੇ ਨਜ਼ਰ ਰੱਖਦੇ ਨੇ ਲੇਕਿਨ ਇਹ ਜਿਹੜੇ ਕੌਮ ਦੇ ਹੀਰੇ ਨੇ ਉਹ ਉਸ ਪੋਲੀਟੀਕਲ ਏਜੰਡੇ ਦੇ ਵਿੱਚ ਪਿੱਛੇ ਸ਼ਿਕਾਰ ਬਣ ਜਾਂਦੇ ਹਾਂ ਜੀ ਸੋ ਆਨੰਦ ਸਿੰਘ ਅਤੇ ਸੁਬੇਗ ਸਿੰਘ ਜਿਹਨਾਂ ਦੀ ਰਿਹਾਈ ਹਾਈ ਕੋਰਟ ਦੇ ਵਿੱਚੋਂ ਹੋ ਚੁੱਕ ਕਹਿ ਰਹੇ ਨੇ ਉਹਨਾਂ ਨੇ ਆਰਡਰ ਦਿੱਤੇ ਹੋਏ ਨੇ ਫਿਰ ਵੀ ਨਹੀਂ ਹੋ ਰਹੀ ਇਹ ਵੀ ਪਿਛਲੇ ਦਿਨੀ 42 ਦਿਨ ਦੀ ਪਰੋਲ 'ਤੇ ਆਏ ਸਨ ਅਤੇ ਇਹਨਾਂ ਦਾ ਵੀ ਅਸੀਂ ਜੋ ਸ਼ੋਪਿੰਗ ਵਗੈਰਾ ਜਦੋਂ ਜਾਣ ਤੋਂ ਪਹਿਲਾਂ ਕੋਈ ਕੱਪੜਾ ਲੀਲਾ ਲੈਣਾ ਹੁੰਦਾ ਆ ਜਾਂ ਉਹਨਾਂ ਦੇ ਪੈਸੇ ਜਿਹੜੇ ਹੁੰਦੇ ਆ ਜੇਲ੍ਹ ਖਰਚ ਉਹ ਵੀ ਅਸੀਂ ਉਹਨਾਂ ਨੂੰ ਕਰ ਦਿੱਤਾ ਸੀ ਇਸੇ ਤਰ੍ਹਾਂ ਭਾਈ ਗੁਰਦੀਪ ਸਿੰਘ ਖਹਿਰਾ ਜੋ ਆਪ ਨੂੰ ਪਤਾ ਹੀ ਹੈ ਬੜੇ ਲੰਮੇ 26 ਸਾਲ ਤੋਂ ਸਭ ਤੋਂ ਜ਼ਿਆਦਾ ਲੰਮੀ ਸਜ਼ਾ ਇਹ ਸਿੰਘ ਨੇ ਭੁਗਤੀ ਹੈ ਅਤੇ ਭੁਗਤ ਰਹੇ ਨੇ ਜੀ ਇਹ ਦਾਸ ਦੀ ਮੁਲਾਕਾਤ ਇਹਨਾਂ ਨਾਲ 2001 ਦੇ ਵਿੱਚ ਤਿਹਾੜ ਜੇਲ੍ਹ 'ਚ ਹੋਈ ਸੀਗੀ ਜੀ ਜਿੱਥੋਂ ਮੈਨੂੰ ਇਹਨਾਂ ਬਾਰੇ ਪਤਾ ਲੱਗਾ ਸੀ ਵੀ ਇਹ ਵੀ ਸਿੰਘ ਕੋਈ ਪੋਲੀਟੀਕਲ ਪ੍ਰਿਜ਼ਨਰ ਹੈ ਸਾਡਾ ਇਹਨਾਂ ਨੂੰ ਦੋ ਉਮਰ ਕੈਦਾਂ ਹੋਈਆਂ ਨੇ ਇੱਕ ਦਿੱਲੀ ਦੇ ਵਿੱਚ ਇੱਕ ਮਹਾਰਾਸ਼ਟਰਾ ਦੇ ਵਿੱਚ ਅਤੇ ਇਹਨਾਂ ਦੀ ਜਿਹੜੀ ਮਹਾਰਾਸ਼ਟਰਾ ਦੇ ਵਿੱਚ ਸਜ਼ਾ ਸੀ ਉਹਨਾਂ ਨੇ ਭੁਗਤ ਕੇ ਫਿਰ ਦਿੱਲੀ ਆਏ ਸੀਗੇ ਦਿੱਲੀ ਭੁਗਤ ਕੇ ਫਿਰ ਦੁਬਾਰਾ ਉਹਨਾਂ ਨੂੰ ਮਹਾਰਾਸ਼ਟਰਾ ਭੇਜ ਦਿੱਤਾ ਸੀਗਾ ਜਿੱਥੋਂ ਸਾਡੀ ਟੀਮ ਨੇ ਪੰਜਾਬ ਤੋਂ ਟਰੈਵਲ ਕਰ ਕਰਕੇ ਉਹਨਾਂ ਦੀ ਜਿਹੜੀ ਆ ਟ੍ਰਾਂਸਫਰ ਜਿਹੜੀ ਆ ਉਹ ਪੰਜਾਬ ਪਿਛਲੇ ਸਾਲ ਜੂਨ ਦੇ ਮਹੀਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤਬਦੀਲੀ ਕਰਵਾਈ ਸੀਗੀ ਜੀ ਸੋ ਉਹਨਾਂ ਦੇ ਮਾਂ ਪਿਓ ਬਜ਼ੁਰਗ ਹਨ ਇਹਨਾਂ ਦਾ ਆਨੰਦ ਕਰ ਰਹੇ ਹਾਂ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੂੰ ਅਰੈਸਟ ਕਰ ਲਿਆ ਸੀ 24-25 ਸਾਲ ਦੇ ਸੀ ਜਦੋਂ ਗੌਰਮੈਂਟ ਨੇ ਇਹਨਾਂ ਨੂੰ ਅਰੈਸਟ ਕੀਤਾ ਅਤੇ ਅੱਜ ਉਹ 50 ਸਾਲ ਦੀ ਉਮਰ ਦੇ ਨੇੜੇ ਤੇੜੇ ਨੇ ਅਤੇ ਇਹਨਾਂ ਦੇ ਮਾਂ ਪਿਓ ਬਜ਼ੁਰਗ ਨੇ ਦੋਨੋਂ ਹੀ ਹਾਰਟ ਦੇ ਮਰੀਜ਼ ਨੇ ਉਹਨਾਂ ਦੀ ਮਾਤ ਨੂੰ ਤਾਂ ਸ਼ਾਇਦ ਉਹਨਾਂ ਦਾ ਪਾਸਾ ਵੀ ਇੱਕ ਪਸ ਜਿਹੜਾ ਅਧਰੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਵੀ ਉਹਦੇ ਸ਼ਿਕਾਰ ਨੇ ਉਹ ਲੇਕਿਨ ਦੂਜੀ ਵਾਰੀ ਉਹ ਪਰੋਲ 'ਤੇ ਆਏ ਸਨ ਪਿਛਲੇ ਦਿਨ ਅਤੇ ਉਹ ਵੀ 42 ਦਿਨ ਜਿਹੜੇ ਹੈਗੇ ਆ ਉਹ ਕੱਟ ਕੇ ਪਰਸੋਂ ਗਏ ਨੇ ਦੁਬਾਰਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਅਤੇ ਉਹਨਾਂ ਲਈ ਵੀ ਅਸੀਂ ਯਤਨਸ਼ੀਲ ਹਾਂ ਵੀ ਉਹਨਾਂ ਦੀ ਵੀ ਜਿਹੜੀ ਰਿਹਾਈ ਆ ਉਹ ਪੱਕੀ ਹੋ ਜਾਵੇ ਭੁੱਲਰ ਸਾਹਿਬ ਇਹੋ ਅਤੇ ਹੋਰ ਵੀ ਸਾਡੇ ਜਿਹੜੇ ਬੰਦੀ ਹਨ ਤਕਰੀਬਨ 13 ਕੁ ਦੇ ਨੇੜੇ ਤੇੜੇ ਗਿਣਤੀ ਆ ਜਿਹੜੇ ਉਮਰ ਕੈਦੀ ਨੇ ਜੀ ਜਿਹਨਾਂ ਦੀ ਉਮਰ ਕੈਦ ਮਿਨੀਮਮ ਰਿਕੁਆਇਰਮੈਂਟ ਜਿਹੜੀ ਲਾਅ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਉਹ ਹੋ ਚੁੱਕੀ ਆ ਅਤੇ ਉਹਨਾਂ ਨੂੰ ਤਾਂ 26-26 ਸਾਲ ਹੋ ਚੁੱਕੇ ਭੁੱਲਰ ਸਾਹਿਬ ਨੂੰ 23-24 ਸਾਲ ਆ ਸੋ ਇਸ ਕਰਕੇ ਇਹਨਾਂ ਦੀ ਅਸੀਂ ਜਿਹੜੀ ਰਿਹਾਈ ਦੀ ਅਸੀਂ ਜਿਹੜੀ ਆ ਗੱਲਬਾਤ ਚਲਾ ਰਹੇ ਹਾਂ ਅਤੇ ਇਹ 3 ਸਿੰਘ ਜਿਹੜੇ ਆ ਪਰੋਲ 'ਤੇ ਆ ਚੁੱਕੇ ਨੇ ਚਲੋ ਉਮੀਦ ਆਪਾਂ ਵਧੀਆ ਰੱਖਦੇ ਹਾਂ ਹਾਂਜੀ ਹਾਂਜੀ ਜੀ 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 ਅਤੇ ਆਪ ਨੂੰ ਪਤਾ ਹੀ ਆ ਪਿਛਲੇ ਦਿਨੀ ਜੋ ਨਾਭਾ ਜੇਲ੍ਹ ਦੇ ਵਿੱਚ ਜੀ ਜੀ ਬਿਲਕੁਲ ਆਪਾਂ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਸਿੰਘ ਦੀ ਇਨਫੋਰਮੇਸ਼ਨ ਆਪਣੇ ਕੋਲ ਵਰਿਆਮ ਸਿੰਘ ਹਾਂਜੀ ਹਾਂਜੀ ਉਹਨਾਂ ਬਾਰੇ ਆਪਾਂ ਪਹਿਲਾਂ ਗੱਲਬਾਤ ਕਰ ਲਈਏ ਉਹਨਾਂ ਬਾਰੇ ਥੋੜ੍ਹੀ ਇਨਫੋਰਮੇਸ਼ਨ ਦੇ ਦਿਓ ਭਾਈ ਵਰਿਆਮ ਸਿੰਘ ਜੀ ਬਹੁਤ ਘੱਟ ਮੀਡੀਆ ਦੇ ਵਿੱਚ ਜਾਣੀ ਕਿ ਮੈਂਸ਼ਨ ਉਹਨਾਂ ਦਾ ਹੋਇਆ ਹੈ ਜੀ ਬਿਲਕੁਲ ਅਤੇ ਮੇਰੇ ਖਿਆਲ ਅਕਾਲ ਚੈਨਲ ਪਹਿਲਾ ਚੈਨਲ ਆ ਜਿਹਨਾਂ ਨੂੰ ਉਹਨਾਂ ਦੀ ਉਹਨਾਂ ਰਾਹੀਂ ਚੜ ਕੇ ਸੰਸਾਰ ਭਰ ਦੇ ਵਿੱਚ ਉਹਨਾਂ ਦੀ ਫੋਟੋ ਜਾ ਰਹੀ ਹੈ ਇਹ ਪਹਿਲੀ ਫੋਟੋ ਆ ਭਾਈ ਵਰਿਆਮ ਸਿੰਘ ਦੀ ਜਿਹੜੀ ਸੰਗਤਾਂ ਦੇਖ ਰਹੀਆਂ ਨੇ ਬਿਲਕੁਲ ਮੇਰੇ ਖਿਆਲ ਨਾਲ ਨਾਮ ਦੀ ਥੋੜੀ ਕਨਫਿਊਜ਼ਨ ਹੋ ਜਾਂਦੀ ਹੈ ਵਰਿਆਮ ਸਿੰਘ ਇੱਕ ਯੂਪੀ ਵਾਲੇ ਵੀ ਸਨ ਇਹਨਾਂ ਬਾਰੇ ਵੀ ਇਹ ਅਲੱਗ ਕੇਸ ਆ ਇਹ ਅਲੱਗ ਕੇਸ ਆ ਭਾਈ ਵਰਿਆਮ ਸਿੰਘ ਜਿਹੜੇ ਯੂਪੀ ਵਾਲਾ ਸਨ ਉਹ ਪਿਛਲੇ ਦਸੰਬਰ ਦੇ ਵਿੱਚ ਸਾਲ ਹੋ ਚੁੱਕਾ ਉਹ ਰਿਹਾਈ ਹੋ ਚੁੱਕੀ ਉਹਨਾਂ ਦੀ ਉਹ ਬਜ਼ੁਰਗੀ ਦੇ ਰੂਪ ਦੇ ਵਿੱਚ ਹਨ ਇਹ ਇੱਕ ਨੌਜਵਾਨ ਹਲੇ ਮਿਡਲ ਏਜ ਕਹਿ ਸਕਦੇ ਹਾਂ ਆਪਾਂ ਹਾਂਜੀ ਹਾਂਜੀ ਅਤੇ ਇਹਨਾਂ ਨੂੰ ਵੀ ਬਹੁਤ ਲੰਬਾ ਸਮਾਂ ਹੋ ਗਿਆ ਹੈਗਾ ਔਰ ਇਹ ਪਿਛਲੇ ਦਿਨ ਇਹ ਵੀ ਪਰੋਲ 'ਤੇ ਆਏ ਨੇ ਪਹਿਲੀ ਪਰੋਲ ਹੈ ਇਹਨਾਂ ਦੀ ਜੀ ਪਹਿਲੀ ਪਰੋਲ ਹੈਗੀ ਆ ਸੋ ਉਹਨਾਂ ਦਾ ਵੀ ਕੇਸ ਅਸੀਂ ਕਰ ਰਹੇ ਹਾਂ ਪਰ ਅਫਸੋਸ ਇੱਦਾਂ ਦੇ ਕਿੰਨੇ ਸਾਡੇ ਹੀਰੇ ਆ ਜਿਹਨਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਆ ਇਨਫੋਰਮੇਸ਼ਨ ਹੀ ਆ ਉਹ ਕਿੱਥੇ ਕਿੱਥੇ ਬੈਠੇ ਨੇ ਤੋ ਸਾਡਾ ਇਹ ਕੋਸ਼ਿਸ਼ ਹੁੰਦੀ ਹੈ ਜਿੱਥੇ ਵੀ ਕੋਈ ਗੁਰਸੇ ਦਾ ਪਤਾ ਲੱਗਦਾ ਆ ਅਸੀਂ ਉੱਥੇ ਪਹੁੰਚ ਕੇ ਉਹਦੀ ਪੈਰਵਾਈ ਉਹਦੇ ਖਰਚ ਪਾਣੀ ਜੋ ਵੀ ਹੈ ਉਹਦੀ ਕਾਨੂੰਨੀ ਜਿਹੜੀ ਕੋਰਟਾਂ ਕਚਹਿਰੀਆਂ 'ਚ ਜਾ ਕੇ ਪੈਰਵਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਭਾਈ ਵਰਿਆਮ ਸਿੰਘ ਜਿਹੜੇ ਹੈਗੇ ਨੇ ਉਹ ਇਹ ਪਹਿਲੀ ਵਾਰੀ ਪਰੋਲ 'ਤੇ ਇਹ ਆਏ ਨੇ ਸੋ ਇਹਨਾਂ ਦਾ ਵੀ ਆਪਾਂ ਦੇਖ ਰਹੇ ਹਾਂ ਗੁਰੂ ਕਿਰਪਾ ਕਰੇ ਨਛੱਤਰ ਸਿੰਘ ਜੀ ਤੁਹਾਡੇ ਤੋਂ ਜਾਣਨਾ ਚਾਹਾਂਗਾ ਬਿਲਕੁਲ ਜਿਵੇਂ ਭਾਈ ਸਾਹਿਬ ਨੇ ਹੁਣੇ ਕਿਹਾ ਕਿ ਇਹੋ ਜਿਹੇ ਕਿੰਨੇ ਸਿੰਘ ਨੇ ਜਿਹਨਾਂ ਬਾਰੇ ਇਨਫੋਰਮੇਸ਼ਨ ਹੀ ਹੈ ਨਹੀਂ ਹੁਣ ਤਾਂ ਚਲੋ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਮਿਹਨਤ ਕਰਕੇ ਆਪਾਂ ਇਨਫੋਰਮੇਸ਼ਨ ਕੱਢਦੇ ਹਾਂ ਕੁਛ ਸਮਾਂ ਪਹਿਲਾਂ ਜਦੋਂ ਕੋਈ ਆਸ ਦੀ ਕਿਰਨ ਹੀ ਨਹੀਂ ਸੀ ਉਦੋਂ ਇੱਕ ਸਿੰਘ ਕਿਹੋ ਜਿਹਾ ਮਹਿਸੂਸ ਕਰਦੇ ਹੋ ਇਹ ਤਾਂ ਉਹੀ ਜਾਣਦੇ ਆਪਾਂ ਦੱਸੀਏ ਤਾਂ ਉਹਨਾਂ ਦੇ ਬਾਰੇ ਆਪਾਂ
ਨਹੀਂ ਦੱਸ ਸਕਦੇ ਜਿਵੇਂ ਅੰਦਰੋਂ ਫੀਲਿੰਗ ਹੁੰਦੀ ਜੋ ਮੈਂਟਲੀ ਅੰਦਰੋਂ ਉਹਨਾਂ ਨੂੰ ਡਿਸਟਰਬੈਂਸ ਸੀ ਪਿੱਛੇ ਪਰਿਵਾਰ ਨੂੰ ਜੋ ਕੁਛ ਵੀ ਸਫ਼ਰ ਹੋਣਾ ਪੈਂਦਾ ਕਿ ਸਾਡਾ ਲੜਕਾ ਕਿੱਥੇ ਅੱਗੇ ਹਾਲਤ ਵਿੱਚ ਹੋਏਗਾ ਅਤੇ ਜਿਹੜਾ ਜੇਲ੍ਹ 'ਚ ਬੈਠਾ ਉਹਨੂੰ ਇਹ ਫਿਕਰ ਹੁੰਦਾ ਕਿ ਸਾਡਾ ਮੇਰਾ ਪਰਿਵਾਰ ਪਿੱਛੇ ਉਹਦੇ ਕੀ ਹਾਲਤ ਹੋਏਗੀ ਉਹ ਕਿੱਦਾਂ ਸਰਵਾਈਵ ਕਰਨਗੇ ਅਤੇ ਇਹ ਜਿਹੜੀਆਂ ਤੁਹਾਨੂੰ ਪਤਾ ਹੀ ਆ ਕਿ ਮੁਸ਼ਕਲਾਂ ਹੈਗੇ ਕਹਿੰਦੇ ਹੁੰਦੇ ਨਾ ਬਈ ਇਹਨਾਂ ਚੱਕਰਾਂ 'ਚ ਪੈਣਾ ਵਕੀਲਾਂ ਦੇ ਤਾਂ ਬਿਲਕੁਲ ਮੇਰੇ ਖਿਆਲ ਨਾਲ ਕੋਈ ਕੋਈ ਛੋਟਾ ਮੋਟਾ ਕੇਸ ਵੀ ਹੋਵੇ ਜਦਕਿ ਕੋਈ ਕਾਗਜ਼ੀ ਕਢਾਉਣਾ ਹੋਵੇ ਤਾਂ ਕੰਨਾਂ ਨੂੰ ਹੱਥ ਲੱਗ ਜਾਂਦੇ ਕਿ ਵਕੀਲਾਂ ਦੇ ਚੱਕਰ ਕੱਢਣੇ ਪੈਂਦੇ ਪਰ ਕਿੰਨੇ ਜਦੋਂ ਇਹੋ ਜਿਹਾ ਕੇਸ ਪੈ ਜੇ ਅੱਛਾ ਜੀ ਕਈ ਮਾਪਿਆਂ ਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ ਦੇ ਪੁੱਤ ਜੀਂਦੇ ਵੀ ਹਨ ਜੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਉਹ ਕਿਸੇ ਜੇਲ੍ਹ ਦੇ ਵਿੱਚ ਨਜ਼ਰਬੰਦ ਵੀ ਹਨ ਯਾਨੀ ਕਿ ਕੋਈ ਪਿੱਛੇ ਹੈ ਹੀ ਨਹੀਂ ਕੋਈ ਜੱਥੇਬੰਦੀ ਹੈ ਨਹੀਂ ਸੀ ਕੋਈ ਸਾਡਾ ਜੋ ਸੈਟਅਪ ਆ ਕੋਈ ਹੈ ਨਹੀਂ ਸੀਗਾ ਜਦੋਂ ਜਿਹਨੂੰ ਕਿਸੇ ਨੂੰ ਕੋਈ ਅਪਰੋਚ ਕਰਕੇ ਉੱਥੇ ਪਹੁੰਚ ਕਰਕੇ ਉਹ ਚੀਜ਼ ਦਾ ਪਤਾ ਕੀਤਾ ਜਾ ਸਕਦਾ ਕੋਈ ਸਿਸਟਮ ਹੈ ਨਹੀਂ ਸੀਗਾ ਇਹ ਤਾਂ ਮਹਾਰਾਜ ਕਿਰਪਾ ਕੀਤੀ ਵੀ ਚਲੋ ਯੂਕੇ ਦੀਆਂ ਸੰਗਤਾਂ ਨੇ ਇਹ ਜੋ ਸਿੱਖ ਲੀਗ ਦਾ ਇੱਕ ਮਾਧਿਅਮ ਚਲਾਇਆ ਜਿਹ ਰਾਹੀਂ ਸਾਨੂੰ ਪਰਿਵਾਰਾਂ ਨੂੰ ਬੰਦੀਆਂ ਨੂੰ ਕੋਈ ਆਸ ਦੀ ਕਿਰਨ ਬੱਝੀ ਕਿ ਹਾਂ ਕੋਈ ਸਿਸਟਮ ਹੈ ਜਿਹ ਰਾਹੀਂ ਕੋਈ ਪਤਾ ਕੀਤਾ ਨਹੀਂ ਤਾਂ ਬਹੁਤ ਅਸੀਂ ਪਰਿਵਾਰ ਐਸੇ ਦੇਖੇ ਆ ਜਿਹੜੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਆ ਸਾਡਾ ਬੱਚਾ ਹੈ ਵੀ ਆ ਕਿ ਨਹੀਂ ਹੈ ਜਾਂ ਮੇਰਾ ਘਰ ਵਾਲਾ ਹੈ ਵੀ ਆ ਕਿ ਨਹੀਂ ਹੈ ਸਾਡਾ ਪਿਓ ਹੈ ਵੀ ਆ ਕਿ ਨਹੀਂ ਜਾਣੀ ਕਿ ਉਹਨਾਂ ਦੇ ਭਾਣੇ ਦੇ ਵਿੱਚ ਉਹ ਇਸ ਧਰਤੀ ਤੇ ਨਹੀਂ ਲੇਕਿਨ ਇਹ ਇੱਕ ਬੜਾ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਬੜਾ ਮਾਰੀ ਕਿਰਪਾ ਹਾਂਜੀ ਹਾਂਜੀ ਇਹਦੇ ਤੋਂ ਅੱਗੇ ਜੇ ਆਪਾਂ ਚੱਲੀਏ ਜਿਹੜਾ ਨਾਭਾ ਜੇਲ੍ਹ ਕਾਂਡ ਹੋਇਆ ਉੱਥੇ ਬ੍ਰੇਕ ਹੋਇਆ ਹਾਂਜੀ ਕਾਨੂੰਨ ਤੌਰ ਤੇ ਦੇਖਦੇ ਹੋਏ ਆਪਾਂ ਜੇ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਹੋਵੇ ਤੁਹਾਨੂੰ ਕੀ ਲੱਗਦਾ ਅਗਲੇ ਸਟੈਪ ਕੀ ਹੋਣਗੇ ਦੇਖੋ ਜੋ ਹੋਇਆ ਉਹਦੇ ਬਾਰੇ ਤਾਂ ਮੈਂ ਬੜਾ ਕੁਛ ਨਹੀਂ ਕਹਿ ਸਕਦਾ ਕਿਉਂਕਿ ਹਲੇ ਬਹੁਤ ਕੁਛ ਸਾਹਮਣੇ ਆਉਣਾ ਹੈਗਾ ਜੀ ਬਿਲਕੁਲ ਉਹ ਕਿਵੇਂ ਕਾਂਡ ਹੋਇਆ ਕਿਵੇਂ ਉੱਥੋਂ ਉਹ ਜੋ ਇਹਨਾਂ ਬਾਜੀ ਉਹਨਾਂ ਨੇ ਐਸਕੇਪ ਕੀਤਾ ਹੈਗਾ ਲੇਕਿਨ ਜੋ ਇਨਫੋਰਮੇਸ਼ਨ ਹੈ ਅੱਜ ਫਿਲਹਾਲ ਇਹ ਵੀ ਨਹੀਂ ਕਹਿ ਸਕਦੇ ਭਰੋਸੇਯੋਗ ਹੈ ਹਾਂਜੀ ਪਰ ਇੱਕ ਗੱਲ ਜੋ ਹੈ ਵੀ ਭਾਈ ਹਰਮਿੰਦਰ ਸਿੰਘ ਮਿੰਟੂ ਜੋ ਸਿੱਖ ਸੰਘਰਸ਼ ਨਾਲ ਜੁੜੇ ਹੋਏ ਹਨ ਉਹਨਾਂ ਬਾਬਤ ਪਈ ਉਹ ਹੁਣ ਜੋ ਦਿੱਲੀ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਅਤੇ ਦਿੱਲੀ ਦੀ ਜਿਹੜੀ ਸਪੈਸ਼ਲ ਸੈੱਲ ਹੈਗਾ ਅਤੇ ਉਹੀ ਡੀਲ ਕਰਦੀ ਆ ਇਹ ਕੇਸਾਂ ਨਾਲ ਆਮ ਪੁਲਿਸ ਨਹੀਂ ਕਰਦੀ ਸਪੈਸ਼ਲ ਸੈੱਲ ਦਿੱਲੀ ਦੇ ਵਿੱਚੋਂ ਇੱਕ ਬ੍ਰਾਂਚ ਆ ਆਈ ਬੀ ਦੀ ਉਹ ਕੇਸਾਂ ਨੂੰ ਡੀਲ ਕਰਦੀ ਹੈ ਅਤੇ ਉਹਦੇ ਮੁਤਾਬਕ ਜੋ ਹੈ ਉਹਨਾਂ ਨੂੰ ਇੰਟੈਰੋਗੇਟ ਕੀਤਾ ਜਾਏਗਾ ਉਹਨਾਂ 'ਤੇ ਵੱਧ ਤੋਂ ਵੱਧ ਕੇਸ ਪਾਏ ਜਾਣਗੇ ਅਤੇ ਉਹ ਕੇਸ ਅਟੈਂਪਟ ਟੂ ਮਰਡਰ ਵੀ ਹੋ ਸਕਦੇ ਨੇ ਐਸਕੇਪ ਵੀ ਹੋ ਸਕਦੇ ਨੇ ਬੜੇ ਲੰਮੇ ਚੌੜੇ ਉਹਨਾਂ 'ਤੇ ਕੇਸ ਪੈ ਸਕਦੇ ਨੇ ਬਿਲਕੁਲ ਜੀ ਇਹ ਆਪਾਂ ਕੰਟੀਨਿਊ ਕਰਦੇ ਹਾਂ ਆਪਾਂ ਪਹਿਲਾਂ ਬ੍ਰੇਕ ਵੱਲ ਵੱਧ ਲਈਏ ਆਪਾਂ ਬ੍ਰੇਕ ਤੋਂ ਬਾਅਦ ਇਹਦੇ ਉੱਤੇ ਦੁਬਾਰਾ ਵਿਚਾਰ ਚਰਚਾ ਕਰਾਂਗੇ ਜੀ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਮੁੜ ਕੇ ਸਵਾਗਤ ਹੈ ਮੈਂ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਜੋ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਭਾਈ ਸਾਹਿਬ ਮਿੰਟੂ ਜੀ ਬਾਰੇ ਵੀ ਜੋ ਬ੍ਰੇਕ ਬ੍ਰੇਕ ਜੇਲ੍ਹ ਬ੍ਰੇਕ ਹੋਇਆ ਉਹਦੇ ਬਾਰੇ ਪਲੀਜ਼ ਕੰਟੀਨਿਊ ਜੋ ਤੁਸੀਂ ਦੱਸ ਰਹੇ ਸੀ ਇਹ ਸੀਗਾ ਵੀ ਦਿੱਲੀ ਪੁਲਿਸ ਉਹਨਾਂ ਨੇ ਅਰੈਸਟ ਕੀਤਾ ਆ ਅਤੇ ਇਸ ਵੇਲੇ ਸਾਨੂੰ ਜਿਹੜਾ ਡਰ ਆ ਵੀ ਉਹਨਾਂ 'ਤੇ ਟੋਰਚਰ ਵੀ ਹੋਏਗਾ ਜੀ ਉਹ ਤੋਂ ਇਲਾਵਾ ਉਹਨਾਂ 'ਤੇ ਜਿਹੜੇ ਆ ਕਈ ਕੇਸ ਝੂਠੇ ਵੀ ਪਾਏ ਜਾਣਗੇ ਤਾਂ ਜੋ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਅਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਪੰਜਾਬ ਦੀ ਬਜਾਏ ਦਿੱਲੀ ਤਿਹਾੜ ਜੇਲ੍ਹ 'ਚ ਸ਼ਾਇਦ ਨਜ਼ਰਬੰਦ ਕੀਤਾ ਜਾਵੇਗਾ ਕਿਉਂਕਿ ਜਿਸ ਸੂਬੇ ਦੀ ਪੁਲਿਸ ਉਹਨਾਂ ਨੂੰ ਅਰੈਸਟ ਕਰਦੀ ਤਕਰੀਬਨ ਤੇ ਉਹ ਆਪਣਾ ਹੱਕ ਜਮਾਉਂਦੀ ਵੀ ਸਾਡੇ ਸੂਬੇ ਦੇ ਵਿੱਚ ਹੀ ਉਹਨਾਂ ਦੇ ਨਾਲ ਭਾਈ ਕਸ਼ਮੀਰ ਸਿੰਘ ਜੀ ਵੀ ਨਿਕਲੇ ਸੀ ਜੇਲ੍ਹ ਦੇ ਵਿੱਚੋਂ ਹਾਂਜੀ ਉਹਨਾਂ ਬਾਰੇ ਫਿਲਹਾਲ ਕਿਤੇ ਵੀ ਕੋਈ ਜ਼ਿਕਰ ਨਹੀਂ ਆ ਰਿਹਾ ਇਹ ਬੜੀ ਹੈਰਾਨਗੀ ਦੀ ਗੱਲ ਆ ਵੀ ਕੋਈ ਮੀਡੀਆ ਸਵਾਏ ਕਾਲ ਚੈਨਲ ਤੋਂ ਕੋਈ ਜ਼ਿਕਰ ਨਹੀਂ ਕਰ ਰਿਹਾ ਹੈਗਾ ਵੀ ਕਸ਼ਮੀਰ ਸਿੰਘ ਦੇ ਬਾਰੇ ਕੋਈ ਕੋਈ ਅਪਡੇਟ ਨਹੀਂ ਕੋਈ ਗੱਲਬਾਤ ਨਹੀਂ ਹੈ ਉਹ ਸਿਰਫ ਜਿਹੜੇ ਗੈਂਗਸਟਰ ਸੀ ਜਾਂ ਉਹਨਾਂ ਦੀ ਗੱਲ ਚੱਲਦੀ ਰਹੀ ਜਾਂ ਵੱਧ ਤੋਂ ਵੱਧ ਹਰਮਿੰਦਰ ਸਿੰਘ ਮਿੰਟੂ ਬਾਰੇ ਗੱਲ ਚੱਲ ਰਹੀ ਆ ਅਤੇ ਇਹ ਬਹੁਤ ਗੰਭੀਰ ਮਸਲਾ ਹੈ ਜਦੋਂ ਮੀਡੀਆ ਇਸ ਮਸਲੇ 'ਤੇ ਚੁੱਪ ਹੋ ਜਾਵੇ ਨਾ ਖਾਸ ਕਰਕੇ ਹਿੰਦੁਸਤਾਨ ਦਾ ਮੀਡੀਆ ਅਤੇ ਸਾਨੂੰ ਉਹਦਾ ਫਿਕਰ ਹੋ ਜਾਂਦਾ ਆ ਬਿਲਕੁਲ ਵੀ ਇਹ ਕਿਤੇ ਹੋਰ ਸਾਜਿਸ਼ ਤਾਂ ਨਹੀਂ ਕਿਤੇ ਨੂੰ ਫੜਿਆ ਤਾਂ ਨਹੀਂ ਹੈਗਾ ਫੜ ਕੇ ਟੋਰਚਰ ਤਾਂ ਨਹੀਂ ਹੋ ਰਿਹਾ ਤਾਂ ਅਖੀਰ 'ਤੇ ਇਹ ਦਿਖਾ ਰਿਹਾ ਇਨਫੋਰਮੇਸ਼ਨ ਬਾਹਰ ਨਹੀਂ ਕੱਢੀ ਜਾ ਰਹੀ ਬਿਲਕੁਲ ਕਿਉਂਕਿ ਉਹ ਜਦ ਉਹ ਜਿਹੜੇ ਗੈਂਗਸਟਰਾਂ ਨੂੰ ਫੜ ਕੇ ਦਿਖਾ ਰਹੇ ਨੇ ਹਰਮਿੰਦਰ ਸਿੰਘ ਮਿੰਟੂ ਦਾ ਦਿਖਾ ਰਹੇ ਨੇ ਅਤੇ ਫਿਰ ਕਸ਼ਮੀਰ ਸਿੰਘ ਦਾ ਕੀ ਮੈਂ ਥੋੜ੍ਹਾ ਸੰਗਤ ਨੂੰ ਉਹਦਾ ਬੈਕਗਰਾਊਂਡ ਦੱਸ ਦਵਾਂ ਭਾਈ ਕਸ਼ਮੀਰ ਸਿੰਘ ਉਹ ਸਿੰਘ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਹਰਮਿੰਦਰ ਸਿੰਘ ਸੋਨੀ ਜੋ ਸ਼ਿਵ ਸੈਨਾ ਦਾ ਇੱਕ ਲੀਡਰ ਸੀ ਜਿਸ ਨੇ ਜਸਪਾਲ ਸਿੰਘ ਜੋ ਸ਼ਹੀਦ ਹੋਇਆ ਸੀ ਲੜਕਾ ਗੁਰਦਾਸਪੁਰ ਵਿੱਚ ਉਹਨਾਂ ਦੀ ਮੈਂ ਪੱਗ ਪੁੱਗ ਦੇ ਪਤਾ ਨਹੀਂ ਉੱਥੇ ਅੱਗ ਉੱਗ ਲਾ ਕੇ ਕੋਈ ਮੁਜ਼ਾਹਰਾ ਜਦੋਂ ਕਰ ਰਹੇ ਸੀਗੇ ਉਸ ਸੰਬੰਧ ਦੇ ਵਿੱਚ ਕਸ਼ਮੀਰ ਸਿੰਘ ਨੇ ਉਸ ਸ਼ਿਵ ਸੈਨਾ ਦੇ ਸ਼ਾਇਦ ਜੋ ਪੁਲਿਸ ਕਹਿ ਰਹੀ ਹੈ ਅਟੈਕ ਕੀਤਾ ਸੀ ਗੋਲੀ ਮਾਰਨ ਦਾ
ਤੇ ਇਹ ਉਹ ਸਿੰਘ ਨੇ ਠੀਕ ਹੈ ਜਿਹਦੀ ਸਿੱਖ ਲਈ ਪੈਰਵਾਈ ਵੀ ਕਰ ਰਹੀ ਹੈ ਸਾਰੀ ਬਿਲਕੁਲ ਤੇ ਉਹਦੇ ਬਾਰੇ ਹੁਣ ਸਾਨੂੰ ਜੋ ਜਾਣੀ ਖਸਤਾ ਹੈਗਾ ਵੀ ਇਹ ਕਿਤੇ ਉਹਨਾਂ ਦਾ ਮੁਕਾਬਲਾ ਨਾ ਬਣਾਇਆ ਜਾਵੇ ਜਿਹੜਾ ਉਹ ਬਿਲਕੁਲ ਚੁੱਪ ਹੋਇਆ ਮੀਡੀਆ ਨੁਕਸਾਨ ਵਗੈਰਾ ਕੀ ਹੋਣਾ ਕਿਉਂ ਕਰ ਰਿਹਾ ਜਾਂ ਉਹਨਾਂ ਨੂੰ ਆਲਰੇਡੀ ਜੋ ਕੁਛ ਕਰਨਾ ਕਰ ਦਿੱਤਾ ਤੇ ਇਸ ਕਰਕੇ ਜਿਹੜਾ ਭੇਜਦਿਆ ਇਹ ਜਿਹੜਾ ਬਾਹਰ ਆਉਣਾ ਚਾਹੀਦਾ ਲੇਕਿਨ ਸਾਨੂੰ ਹਲੇ ਤੱਕ ਕੁਛ ਪਤਾ ਨੀ ਜਦੋਂ ਵੀ ਪਤਾ ਲੱਗਿਆ ਤੇ ਜ਼ਰੂਰ ਬਿਲਕੁਲ ਮਾਫ ਕਰਨਾ ਆਪਣੇ ਕੋਲ ਸਮਾਂ ਥੋੜਾ ਹੋਣ ਦਾ ਕਰਕੇ ਆਪਾਂ ਨੂੰ ਆਪਣੇ ਕੋਲ ਕਾਫੀ ਕੁਛ ਹੁੰਦਾ ਕਵਰ ਕਰਨ ਨੂੰ ਗੱਲਬਾਤ ਕਾਫੀ ਕੁਛ ਹੁੰਦੀ ਕਰਨ ਨੂੰ ਇਸ ਲਈ ਜੇ ਮੈਂ ਪੰਜਾਬ ਤੋਂ ਬਾਹਰ ਜਾਵਾਂ ਹਿੰਦੁਸਤਾਨ ਦੇ ਲੈਵਲ ਦੇ ਉੱਤੇ ਕੀ ਅਪਡੇਟਸ ਨੇ ਸਿੱਖ ਲਈ ਹਾਂਜੀ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਜੇਲ੍ਹਾਂ ਵਿੱਚ ਸਾਡੇ ਨਜ਼ਰਬੰਦੀ ਨੇ ਇਸੇ ਤਰ੍ਹਾਂ ਸਾਡੇ ਹੋਰ ਵੀ ਸੂਬਿਆਂ ਦੇ ਵਿੱਚ ਹਨ ਖਾਸ ਕਰਕੇ ਰਾਜਸਥਾਨ ਦੇ ਵਿੱਚ ਵੀ ਸਾਡੇ ਨਜ਼ਰਬੰਦ ਸਿੰਘ ਹਨ ਉਹਦੇ ਵਿੱਚ ਭਾਈ ਜਗਮੋਹਨ ਸਿੰਘ ਜੋ ਪਹਿਲਾਂ ਨਾਭਾ ਜੇਲ੍ਹ 'ਚ ਸਨ ਕਾਫੀ 5 ਸਾਲ ਉਹਨਾਂ ਨੇ ਉੱਥੇ ਲਾਏ ਨੇ ਆਪਣੇ ਜਿਹੜੇ ਕੇਸ ਨਿਬੇੜ ਨਿਬੜ ਗਏ ਸਨ ਪਰ ਲੇਕਿਨ ਜਿਵੇਂ ਪਹਿਲਾਂ ਦੱਸਿਆ ਵੀ ਪੁਲਿਸ ਕੀ ਕਰਦੀ ਹੈ ਕਾਫੀ ਕੇਸ ਬੰਦ ਹੁੰਦੀ ਹੈ ਤਾਂ ਜੋ ਬੰਦਾ ਉਹ ਕੇਸਾਂ ਦੇ ਵਿੱਚ ਹੀ ਘੁੰਮਦਾ ਰਹੇ ਤਾਂ ਉਹਦਾ ਜਿਹੜਾ ਵੱਧ ਤੋਂ ਵੱਧ ਸਮਾਂ ਜਿਹੜਾ ਆ ਖਰਾਬ ਹੋਵੇ ਸੋ ਭਾਈ ਜਗਮੋਹਨ ਸਿੰਘ ਹੁਣਾਂ ਨੂੰ ਰਾਜਸਥਾਨ ਇੱਕ ਕੇਸ ਪਾ ਕੇ ਉੱਥੇ ਸੁੱਟਤਾ ਗਿਆ ਹੈਗਾ ਉਹ ਪਿਛਲੇ ਸਾਲ ਤੋਂ ਉੱਥੇ ਨੇ ਅਤੇ ਭਾਈ ਆਪਣੇ ਹਰਨੇਕ ਸਿੰਘ ਭੱਪ ਜੋ ਭਾਈ ਭੁੱਲਰ ਸਾਹਿਬ ਹੁਣਾਂ ਦੇ ਕੇਸਵਰ ਨੇ ਅਤੇ ਉਹ ਵੀ ਪਿਛਲੇ 15 ਸਾਲਾਂ ਤੋਂ ਨਜ਼ਰਬੰਦ ਨੇ ਉਹ ਵੀ ਉੱਥੇ ਰਾਜਸਥਾਨ ਜੇਲ੍ਹ ਦੇ ਵਿੱਚ ਜੈਪੁਰ ਦੇ ਵਿੱਚ ਉਹ ਵੀ ਇੱਕ ਕੇਸ ਦੇ ਬਾਬਤ ਆਪਣੀ ਜਿਹੜੀ ਆ ਕਸਟਡੀ ਭੁਗਤ ਰਹੇ ਨੇ ਸੋ ਸਾਡੀ ਟੀਮ ਉੱਥੇ ਗਈ ਸੀਗੀ ਉਹਨਾਂ ਨੂੰ ਮਿਲੇ ਨੇ ਉਹਨਾਂ ਦੇ ਵਕੀਲਾਂ ਨੂੰ ਮਿਲੇ ਨੇ ਜਿਹੜੀਆਂ ਉਹਨਾਂ ਦੀਆਂ ਲੋੜਾਂ ਸਨ ਕੱਪੜੇ ਲੀੜੇ ਜਾਂ ਉਹਨਾਂ ਦੇ ਕੋਈ ਪੈਸੇ ਜਮ੍ਹਾਂ ਕਰਾਉਣੇ ਸਨ ਤਾਂ ਜੋ ਅੰਦਰ ਉਹਦੇ ਸਾਬਣ ਤੇਲ ਜੋ ਵੀ ਖਰਚਾ ਪਾਣੀ ਖਾਣ ਪੀਣ ਦਾ ਉਹ ਪੈਸੇ ਉਹਨਾਂ ਜਮ੍ਹਾਂ ਕਰਾ ਗਏ ਨੇ ਅਤੇ ਜਗਮੋਹਨ ਸਿੰਘ ਦੇ ਕੱਪੜੇ ਉਹਨਾਂ ਨੂੰ ਚਾਹੀਦੇ ਸਨ ਉਹਨਾਂ ਨੂੰ ਦੇ ਕੇ ਆਏ ਨੇ ਇਸ ਤੋਂ ਇਲਾਵਾ ਉਹਨਾਂ ਦੀਆਂ ਜਿਹੜੀਆਂ ਜਗਮੋਹਨ ਸਿੰਘ ਦੇ ਖਾਸ ਕਰਕੇ ਕੇਸ ਦੇ ਵਿੱਚ ਉਹਨਾਂ ਦੀ ਬੇਲ ਲਈ ਐਪਲੀਕੇਸ਼ਨ ਲਾਈ ਆ ਉਹਨਾਂ ਦੇ ਵਕੀਲ ਨੂੰ ਮਿਲ ਕੇ ਤਾਂ ਜੋ ਸਾਨੂੰ ਇਨਫੋਰਮੇਸ਼ਨ ਪਹਿਲਾਂ ਇਕੱਠੀ ਕੀਤੀ ਆ ਨਾਲ ਹੀ ਉਹਦੀ ਪੈਰਵਾਈ ਜਿਹੜੀ ਹੈਗੀ ਨਾਲ ਨਾਲ ਅਸੀਂ ਕਰ ਰਹੇ ਹਾਂ ਇਸੇ ਤਰ੍ਹਾਂ ਹੀ ਹਰਨੇਕ ਸਿੰਘ ਭੱਪ ਜੋ ਉੱਥੇ 15 ਸਾਲਾਂ ਦੇ ਵਿੱਚ 15 ਸਾਲਾਂ ਜੇਲ੍ਹ ਨਜ਼ਰਬੰਦ ਹਨ ਉਹਨਾਂ ਦੀ ਬਜ਼ੁਰਗ ਮਾਤਾ ਆ ਪਿੱਛੇ ਅਤੇ ਉਹ ਕੇਸ ਬਾਰੇ ਮੈਂ ਫਿਰ ਦੱਸੂੰਗਾ ਬਹੁਤ ਗੰਭੀਰ ਕੇਸ ਹੈ ਉਹ ਲੇਕਿਨ ਉਹ ਛੋਟੇ ਸਮੇਂ 'ਤੇ ਨਹੀਂ ਦੱਸਿਆ ਜਾਣਾ ਪਰ ਉਹਨਾਂ ਦੇ ਕੇਸ ਦੀ ਵੀ ਸੁਪਰੀਮ ਕੋਰਟ ਤੱਕ ਪੈਰਵਾਈ ਦੀ ਗੱਲਬਾਤ ਸਾਡੀ ਟੀਮ ਕਰ ਗਈ ਹੈ ਸੋ ਇੱਦਾਂ ਜਾ ਕੇ ਪੰਜਾਬ ਤੋਂ 2 ਦਿਨ ਜਾਣ ਨੂੰ ਲੱਗਦੇ ਨੇ 2 ਦਿਨ ਆਉਣ ਨੂੰ ਲੱਗਦੇ ਨੇ ਲੇਕਿਨ ਉਹ 10 ਦਿਨ ਲੱਗੇ ਨੇ ਸਾਰੀ ਪੈਰਵਾਈ ਕਰਨ ਲਈ ਅਤੇ 10 ਦਿਨਾਂ ਬਾਅਦ ਫਿਰ ਵਾਪਸ ਆਪਣੀ ਟੀਮ ਆਈ ਆ ਲੇਕਿਨ ਹੁਣ ਛੋਟੇ ਸਮੇਂ ਦੇ ਮੈਂ ਤੁਹਾਨੂੰ ਛੋਟਾ ਹੀ ਦੱਸ ਸਕਦਾ ਹਾਂ ਲੇਕਿਨ ਕਾਫੀ ਕੰਮ ਹੁੰਦਾ ਹੈ ਜਦੋਂ ਟੀਮ ਜਾਂਦੀ ਆ ਅਤੇ ਕਿੰਨਾ ਕਿੰਨਾ ਦੂਰ ਤੱਕ ਜਾ ਕੇ ਇੰਨਾ ਲੰਮਾ ਸਫ਼ਰ ਕਰਕੇ ਫਿਰ ਹੀ ਕੋਈ ਸਾਨੂੰ ਪ੍ਰਾਪਤੀ ਹੁੰਦੀ ਆ ਨਜ਼ਰਬੰਦ ਸਨ ਉਹਨਾਂ ਵਿੱਚ ਜੋ ਕੇਸ ਦੀ ਪੈਰਵਾਈ ਆ ਪਿਛਲੇ 2 ਹਫ਼ਤਿਆਂ ਤੋਂ ਚੱਲ ਰਹੀ ਆ ਲਗਾਤਾਰ ਕਿਉਂਕਿ ਪੁਲਿਸ ਨਾ ਆਉਣ ਕਰਕੇ ਜੇ ਉਹਨਾਂ ਨੂੰ ਜੱਜ ਆਰਡਰ ਦਿੰਦਾ ਆ ਆਣ ਕੇ ਆਪਣੇ ਐਵੀਡੈਂਸ ਸਬਮਿਟ ਕਰੋ ਉਹ ਆ ਨਹੀਂ ਰਹੀ ਕੇਸ ਡਿਲੇ ਹੋਈ ਜਾਂਦਾ ਅਤੇ ਉਹਨਾਂ ਦੇ ਜਿਹੜੇ ਨਾਲ ਹੈਗੇ ਸਿੰਘ ਨੇ 2 ਉਹਨਾਂ ਨਾਲ ਹੋਰ ਸਿੰਘ ਨੇ ਭਾਈ ਮੱਖਣ ਸਿੰਘ ਗਿੱਲ ਅਤੇ ਭਾਈ ਗੁਰਮੁਖ ਸਿੰਘ ਉਹ ਵੀ ਨਾਲ ਅਟੈਚ ਨੇ ਸੋ ਉਹ ਆਪਾਂ ਹੁਣ ਉਹਨਾਂ ਦੀ ਡੇਟ ਜਿਹੜੀ 8 ਤਰੀਕ ਪਈ ਆ ਅਤੇ 8 ਤਰੀਕ ਤੋਂ ਬਾਅਦ ਜਿਹੜਾ ਵੀ ਜੋ ਫੈਸਲਾ ਜੋ ਵੀ ਕਾਰਵਾਈ ਉੱਥੇ ਹੋਏਗੀ ਅਸੀਂ ਕਾਲ ਚੈਨਲ 'ਤੇ ਉਹ ਲਿਆਵਾਂਗੇ ਬਿਲਕੁਲ ਜੀ ਅਤੇ ਵੀਡੀਓਜ਼ ਬਾਰੇ ਜਿਹੜਾ ਆਪਾਂ ਵੀਡੀਓ ਦਿਖਾਉਣੀ ਆਪਾਂ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹਾਂਜੀ ਇਸੇ ਤਰ੍ਹਾਂ ਉਹਨਾਂ ਦੇ ਭਾਈ ਪਾਲਾ ਸਿੰਘ ਉਹਨਾਂ ਦੇ ਕੇਸ ਸਾਧ ਸਿੰਘ ਜੀ ਉਹਨਾਂ ਦੇ ਸਿੰਘ ਦੇ ਉਹਨਾਂ ਦੇ ਇੱਕ ਨਾਲ ਜੋ ਸਾਥੀ ਹੈ ਉਹਦਾ ਨਾਮ ਗੁਰਮੁਖ ਸਿੰਘ ਹੈਗਾ ਜਿਹਦੇ 2 ਲੜਕੇ ਨੇ ਸਿੰਘਣੀ ਆ ਔਰ ਉਹਨਾਂ ਦੀ ਮਾਤਾ ਨੇ ਬਜ਼ੁਰਗ ਉਹਨਾਂ ਦੇ ਸਾਰੇ ਕੇਸ ਦੀ ਪੈਰਵਾਈ ਹੋ ਰਹੀ ਆ ਅਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਘਰ ਦਾ ਖਰਚ ਪਾਣੀ ਅਤੇ ਸਾਰਾ ਤੁਸੀਂ ਇਹ ਵੀਡੀਓ 'ਤੇ ਆਪ ਦੇਖ ਕੇ ਆਪ ਦੇਖ ਲਓ ਤਾਂ ਜੋ ਆਪ ਜੀ ਨੂੰ ਵੀ ਪਤਾ ਲੱਗ ਸਕੇ ਉਹ ਕਿਸ ਦੁੱਖ ਦੇ ਦੌਰ ਦੇ ਵਿੱਚੋਂ ਲੰਘਦੇ ਨੇ ਅਤੇ ਕਈ ਵਾਰੀ ਉਹ ਆਪਣਾ ਦੁੱਖ ਪੂਰਾ ਵੀ ਨਹੀਂ ਵੀਡੀਓ 'ਤੇ ਦੱਸ ਸਕਦੇ ਕਿਉਂਕਿ ਉਹ ਉਪਰਾ ਸਮਝਦੇ ਨੇ ਕਈ ਵਾਰੀ
ਪਰ ਇੱਕ ਅੰਦਾਜ਼ਾ ਲੱਗ ਸਕਦਾ ਆ ਵੀ ਉਹ ਕਿਹੋ ਜਿਹੇ ਇਸ ਦੌਰ ਵਿੱਚੋਂ ਗੁਜ਼ਰਦੇ ਨੇ ਸੋ ਆਪਣੇ ਕੋਲ ਵੀਡੀਓ ਹੈ ਬਿਲਕੁਲ ਜੀ ਆਪਾਂ ਆਓ ਆਪਾਂ ਇਹ ਵੀਡੀਓ ਦੇਖਦੇ ਹਾਂ ਉਹਦੇ ਤੋਂ ਬਾਅਦ 'ਚ ਆਪਾਂ ਫਤਿਹ ਦੀ ਸਾਂਝ ਪਾਵਾਂਗੇ ਜੀ ਆਓ ਲੈ ਚੱਲੀਏ ਤੁਹਾਨੂੰ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਕੌਰ ਗੁਰਮੁਖ ਸਿੰਘ ਦੀ ਪਤਨੀ ਜੋ ਕਿ ਇਸ ਵਕਤ ਨਾਭਾ ਜੇਲ੍ਹ ਦੇ ਵਿੱਚ ਉਹਨਾਂ ਨੂੰ 2010 ਦੇ ਵਿੱਚ ਅਰੈਸਟ ਕੀਤਾ ਸੀ ਅਤੇ ਹੁਣ 2016 ਜਾਣ ਦੀ ਅਜੇ ਵੀ ਕਿਤੇ ਕੋਈ ਕਿਸੇ ਪਾਸੇ ਗੱਲ ਨਹੀਂ ਲੱਗੀ ਕਿ ਸਜ਼ਾ ਹੋਈ ਨੂੰ ਵੀ 3 ਸਾਲ ਹੋ ਗਏ ਆ ਅਤੇ ਨਾ ਅਸੀਂ ਛੁੱਟੀ ਪਰੋਲ ਛੁੱਟੀ 'ਤੇ ਆ ਸਕੇ ਅਜੇ ਤੀਕ ਪਰੋਲ ਛੁੱਟੀ ਵੀ 3 ਵਾਰੀ ਲਾਈ ਸੀ ਉਹ ਵੀ ਉਹਨਾਂ ਨੇ ਐਸ ਪੀ ਕੋ ਰਿਜੈਕਟ ਹੋ ਗਈ ਉਹਨਾਂ ਨੇ ਨਹੀਂ ਰਿਕਮੈਂਡ 'ਚ ਲਿਖ ਦਿੱਤੀ ਨੋ ਰਿਕਮੈਂਡ 'ਚ ਅਸੀਂ ਤਾਂ ਇਹੋ ਅਰਦਾਸ ਕਰਦੇ ਹਾਂ ਕਿ ਕਿਸੇ ਨਾ ਕਿਸੇ ਬਿਧ ਬਣ ਜੀ ਤੋਂ ਘਰ ਆਉਣ ਆਪਣੇ ਅਤੇ ਆਪਣੇ ਪਰਿਵਾਰ 'ਚ ਵੀ ਨਜਾਇਜ਼ ਕੇਸ ਪਾਇਆ ਗਿਆ ਕੋਈ ਉਹਨਾਂ ਕੋਈ ਚੀਜ਼ ਬਰਾਮਦ ਨਹੀਂ ਹੋਈ ਵੀ ਅਤੇ ਬਾਕੀ ਇਹਨਾਂ ਕਿ ਚਲੋ ਹੁਣ ਜਿਹੜਾ ਬਾਹਰ ਦੇ ਸਿੱਖ ਰਿਲੀਫ ਵਾਲੇ ਇਹਨਾਂ ਦਾ ਬੜਾ ਯੋਗਦਾਨ ਕਿ ਇਹਨਾਂ ਨੇ ਸਾਡੇ ਬੱਚਿਆਂ ਦੇ ਨਾਲ ਉਹਨਾਂ ਦੀ ਸਕੂਲੀ ਖਰਚੇ ਉਹਨਾਂ ਦਾ ਜੇਲ੍ਹ ਦਾ ਖਰਚਾ ਬਾਕੀ ਜਿਸ ਤਰ੍ਹਾਂ ਵਕੀਲਾਂ ਦਾ ਖਰਚਾ ਵੀ ਉਹ ਸਾਡਾ ਕਰਨ ਡਏ ਜਦੋਂ ਮੁਸੀਬਤ ਪਈ ਨਾ ਉਦੋਂ ਦਾ ਸਾਡੇ ਨਾਲ ਉਹਨਾਂ ਦਾ ਸੰਪਰਕ ਹੋ ਗਿਆ ਅਤੇ ਉਹਨਾਂ ਨੇ ਸਾਨੂੰ ਚਲੋ ਅਕਾਊਂਟ 'ਚ ਮਹੀਨੇ ਦੇ ਮਹੀਨੇ ਜਿਸ ਤਰ੍ਹਾਂ ਪੈਸੇ ਸਾਨੂੰ ਪਾਉਂਦੇ ਰਹੇ ਚਲੋ ਮੁਸੀਬਤ ਦੇ ਵੱਡੇ ਵੱਡਿਆਂ ਨੂੰ ਪੈ ਜਾਂਦੀ ਆ ਅਤੇ ਬਾਕੀ ਚਲੋ ਰਾਜਨੀਤੀ ਸਾਰਾ ਕੱਟਿਆ ਜਾਂਦਾ ਕਸ਼ਟ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਨੂੰ ਇਹੋ ਹੀ ਆ ਕਿ ਉਹਨਾਂ ਦੇ ਨਾਲ ਯੋਗਦਾਨ ਪਾਓ ਅਤੇ ਉਹਨਾਂ ਦੇ ਨਾਲ ਜਿਹੜੇ ਪੰਜਾਬ 'ਚ ਪਰਿਵਾਰ ਆਉਂਦੇ ਆ ਜਿਸ ਤਰ੍ਹਾਂ ਵੱਖ ਵੱਖ ਜੇਲ੍ਹਾਂ 'ਚ ਕਈ ਹੋਰ ਵੀਰ ਭਰਾ ਫੜੇ ਆ ਅਤੇ ਇਸ ਤਰ੍ਹਾਂ ਸਾਰੇ ਪਰਿਵਾਰਾਂ ਦੇ ਨਾਲ ਉਹਨਾਂ ਦਾ ਤਾਲਮੇਲ ਇਸੇ ਤਰ੍ਹਾਂ ਹੀ ਬਣਿਆ ਰਹੇ ਸਾਡੀ ਤਾਂ ਇਹੋ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਮੇਲ ਸਿੰਘ ਹੈ ਅਤੇ ਮੈਂ ਬਾਬਾ ਦੀਪ ਸਿੰਘ ਡੇ ਬੋਰਡਿੰਗ ਸਕੂਲ ਚਾਟੀ ਪਿੰਡ ਵਿੱਚ 10ਵੀਂ ਕਲਾਸ ਵਿੱਚ ਪੜ੍ਹਦਾ ਹਾਂ ਅਤੇ ਇਹ ਮੇਰਾ ਛੋਟਾ ਭਰਾ ਹੈ ਮੇਰੇ ਪਿਤਾ ਦਾ ਨਾਂ ਸਰਦਾਰ ਗੁਰਮੁਖ ਸਿੰਘ ਹੈ ਜੋ 6 ਸਾਲਾਂ ਦਾ ਨਾਭਾ ਜੇਲ੍ਹ ਵਿੱਚ ਕੈਦ ਹਨ ਅਤੇ ਜਿਹੜੀ ਸਾਡੀ ਪੜ੍ਹਾਈ ਦਾ ਖਰਚਾ ਹੈ ਉਹ ਸਿੱਖ ਇੰਗਲੈਂਡ ਤੋਂ ਸਿੱਖ ਰਿਲੀਫ ਬੈਂਸ ਸਾਹਿਬ ਦੇ ਰਹੇ ਹਨ ਅਸੀਂ ਇੰਗਲੈਂਡ ਦੀਆਂ ਸੰਗਤਾਂ ਅਤੇ ਬੈਂਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਰਿਵਾਰ ਲਈ ਇੰਨਾ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਮੇਲ ਸਿੰਘ ਹੈ ਮੈਂ 8th ਕਲਾਸ ਵਿੱਚ ਪੜ੍ਹਦਾ ਹਾਂ ਅਤੇ ਮੇਰੇ ਸਕੂਲ ਦਾ ਨਾਮ BDS ਡੇ ਬੋਰਡਿੰਗ ਹਾਈ ਸਕੂਲ ਹੈ ਮੇਰੇ ਡੈਡੀ ਜੀ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ 2010 ਵਿੱਚ ਉਹਨਾਂ ਉੱਤੇ ਝੂਠਾ ਕੇਸ ਪਾ ਕੇ ਜੇਲ੍ਹ ਘਰੋਂ ਚੁੱਕ ਕੇ ਜੇਲ੍ਹ ਵਿੱਚ ਲਿਜਾਇਆ ਗਿਆ ਉਦੋਂ ਮੈਂ ਬਹੁਤ ਛੋਟਾ ਸੀਗਾ ਅਸੀਂ ਅਪੀਲ ਕਰਦੇ ਹਾਂ ਕਿ ਬਾਹਰ ਵਾਲੀਆਂ ਸੰਗਤਾਂ ਸਿੱਖ ਰਿਲੀਫ ਸੰਸਥਾ ਦਾ ਬਹੁਤ ਵੱਧ ਤੋਂ ਵੱਧ ਸਾਥ ਦੇਣ ਮੇਰਾ ਪੁੱਤ ਗੁਰਮੁਖ ਸਿੰਘ ਆ ਉਹਨੂੰ ਇੱਥੋਂ ਪਿੰਡੋਂ ਫੜ ਕੇ ਖੜ ਕੇ ਕੇਸ ਪਾ ਕੇ ਝੂਠਾ ਮਾਲ ਮੰਡੀ ਵਾਲਿਆਂ ਨੇ ਕਿ ਨਹੀਂ ਉਹਦੀ ਸਜ਼ਾ ਪੂਰੀ ਕਰਨੀ ਉਹਨੂੰ ਛੁੱਟੀ ਦੇ ਦੇਣ ਆਪਣੇ ਬਾਲ ਬੱਚੇ 'ਚ ਆਵੇ ਅਸੀਂ ਬਹੁਤ ਮੁਸੀਬਤ 'ਚ ਆ ਅਤੇ ਨਾ ਸਾਡਾ ਕਿਸੇ ਪਾਸੇ ਨਹੁੰ ਨਹੀਂ ਅੜਦਾ ਜਦੋਂ ਤਾਂ ਕਰਨਾ ਕੀ ਹੈ ਅਤੇ ਇਹੋ ਹੀ ਅਸੀਂ ਹੱਥ ਜੋੜਦੇ ਹੁੰਦੇ ਨੇ ਰਾਤ ਮਾਲਕ ਗਾੜੀ ਕੋਈ ਮਾਲਕ ਆ ਉਹਨੂੰ ਚਲੋ ਛੁੱਟੀ ਆ ਜਾਵੇ ਆਪਣੇ ਜੀਆ ਚੰਤ 'ਚ ਹੁਣ ਮੇਰਾ ਪ੍ਰਸ਼ਨ ਹੋਇਆ ਮੈਂ ਜਾ ਵੀ ਨਹੀਂ ਸਕਦੀ ਉੱਥੇ ਫਿਰ ਕਿਸ ਤਰ੍ਹਾਂ ਪਹੁੰਚਾਂ ਅੱਗੇ ਮੈਂ 6 ਮਹੀਨੇ ਚੱਲ ਜਾਂਦੀ ਹਾਂ ਮਿਲ ਨਹੀਂ ਹਾਂ ਅਤੇ ਇਹਦੋਂ ਵੱਧ ਤਾਂ ਹੋਰ ਕੋਈ ਗੱਲ ਹੀ ਨਹੀਂ ਹੈਗੀ ਇਹੋ ਆਉਂਦੇ ਵੀ ਚਲ ਆਪਣੇ ਘਰ ਆਵੇ ਆਪਣੇ ਬਾਲ ਬੱਚੇ 'ਚ ਅਤੇ ਪਿਓ ਤਾਂ ਮੁੱਕ ਗਿਆ ਅਟੈਕ ਨਾ ਨਵੀਂ ਦਿਨੀ ਅਤੇ ਮੈਂ ਰੋਜ਼ ਮੁੱਕਦੀ ਹਾਂ ਵੀ ਰੋਜ਼ ਹੀ ਮੁੱਕਦੀ ਹਾਂ ਆਪਣੀ ਜ਼ਿੰਮੇਵਾਰੀਆਂ ਆਪਣੇ ਸੰਭਾਲਣ ਆਣ ਕੇ ਚਲੋ ਜੋ ਸਾਡੇ ਕਰਮਾਂ ਦਾ ਅਸੀਂ ਭੋਗ ਲਿਆ ਕਸ਼ਟ ਹੁਣ ਹੀ ਕੱਟਿਆ ਜਾਵੇ ਹੁਣ ਹੀ ਕੱਟਿਆ ਜਾਵੇ ਉਹਦਾ
हाँ जी, वीडियो तो बाद तुसीं देख ही चुके हो जो उन्होंने इस वेले एक्सप्लेन किए हुए ने हालात जो भी उन्होंने गलबात की तुसीं देख ही चुके हो। तो इस दे नाल जो अज दा साडा समा है वह समाप्त होंदा है जी। तुहाडा बहुत बहुत धन्यवाद, तुसीं इस तरीके नाल सारे साथ निभा रहे हो तो अगे भी इवें साथ निभाते रहना। तो अज दा समा समाप्त होंदा है जी। बलाई जी फतेह। वाहिगुरु जी का खालसा, वाहिगुरु जी की फतेह।